ਇਹ ਤੇ ਵੇਖ ਲੈ ਜ਼ਾਲਮਾ, ਸਾਡਾ ਚੋਰੀ ਕੀ ਹੋਇਆ? ਓਏ ਕੀ ਚੋਰੀ ਹੋਇਆ? ਦਿਲ ਜਿਹੜਾ ਜ਼ੋਰਾ ਜ਼ੋਰੀ ਚੁਰਾ ਕੇ ਲੈ ਗਿਆ ਤੂੰ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਸੁਲਤਾਨ ਰਾਏ ਦੇ ਬਾਰੇ ਬੜੀ ਹੀ ਜ਼ਬਰਦਸਤ ਮਾਲੂਮਾਤ ਤੁਹਾਡੀ ਖਿਦਮਤ ਲੈ ਕੇ ਹਾਜ਼ਰ ਹੋ ਰਹੇ ਹਾਂ, ਔਰ ਤੁਹਾਨੂੰ ਇਹ ਦੱਸਦਾ ਜਾਵਾਂ ਕਿ ਸੁਲਤਾਨ ਰਾਏ ਕਿਤਨਾ ਨੇਕ ਔਰ ਕਿਤਨਾ ਸ਼ਰੀਫ ਇਨਸਾਨ ਸੀ। ਵੈਸੇ ਤਾਂ ਬਹੁਤ ਸਾਰੇ ਲੋਕਾਂ ਨੂੰ ਰਾਏ ਸਾਹਿਬ ਦੇ ਬਾਰੇ ਬਹੁਤ ਸਾਰੀ ਮਾਲੂਮਾਤ ਹੋਏਗੀ, ਔਰ ਚੰਦ ਇਹ ਗੱਲਾਂ ਜਿਹੜੀਆਂ ਮੈਨੂੰ ਪਤਾ ਚੱਲੀਆਂ, ਜਿਹੜੀਆਂ ਮੈਂ ਸਰਚ ਕੀਤੀਆਂ ਔਰ ਮੈਨੂੰ ਸੁਲਤਾਨ ਰਾਏ ਸਾਹਿਬ ਦੇ ਬਾਰੇ ਨਵੀਆਂ ਗੱਲਾਂ ਪਤਾ ਚੱਲੀਆਂ, ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ। ਸੁਲਤਾਨ ਰਾਏ ਸਾਹਿਬ ਦਾ ਇਹ ਮਾਮੂਲ ਸੀ ਕਿ ਜਦੋਂ ਉਹ ਕੋਈ ਫਿਲਮ ਸ਼ੁਰੂ ਕਰਦੇ ਸਨ ਤਾਂ ਡਾਇਰੈਕਟਰ ਉਹਨਾਂ ਨੂੰ ਫਰਜ਼ ਕੀਤਾ ਐਡਵਾਂਸ ਅਗਰ 3 ਲੱਖ ਰੁਪਇਆ ਦੇ ਦਿੰਦੇ ਸਨ। ਫਿਲਮ ਜਦੋਂ ਅੱਧੀ ਹੋ ਜਾਂਦੀ ਸੀ ਤਾਂ ਸੁਲਤਾਨ ਰਾਏ ਸਾਹਿਬ ਅਕਸਰ ਸੋਚਦੇ ਸਨ। ਇਹ ਜਿਹੜਾ ਗੱਲਾਂ ਮੈਂ ਤੁਹਾਨੂੰ ਦੱਸ ਰਹੇ ਇਹ ਮੁਮਤਾਜ਼ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਦੱਸੀਆਂ ਕਿ ਸੁਲਤਾਨ ਰਾਏ ਜਦੋਂ ਐਡਵਾਂਸ ਲੈਂਦਾ ਸੀ ਅੱਧੀ ਫਿਲਮ ਹੋ ਜਾਂਦੀ ਸੀ ਤੇ ਰਾਏ ਸਾਹਿਬ ਅਕਸਰ ਸੋਚਦੇ ਸਨ ਯਾਰ ਕਿ ਕਿਤੇ ਮੈਂ ਉਸ ਪ੍ਰੋਡਿਊਸਰ ਕੋਲੋਂ ਜ਼ਿਆਦਾ ਰਕਮ ਤਾਂ ਨਹੀਂ ਲੈ ਲਿੱਤੀ, ਔਰ ਆਪਣੀ ਉਹ ਕੋਸ਼ਿਸ਼ ਕਰਦੇ ਸਨ ਉਹਦੇ ਉਹ ਜਿਹੜੀ ਪੇਮੈਂਟ ਹੈ ਉਹ ਵਾਪਸ ਉਸ ਪ੍ਰੋਡਿਊਸਰ ਨੂੰ ਕਰ ਦਿੰਦੇ ਸਨ, ਔਰ ਕੋਸ਼ਿਸ਼ ਇਹ ਕਰਦੇ ਸਨ ਕਿ ਕਮ ਤੋਂ ਕਮ ਜਿਹੜਾ ਨਾ ਪੈਸਿਆਂ ਦੇ ਅੰਦਰ ਉਹ ਫਿਲਮ ਕਰ ਲੈਂਦੇ ਸਨ। ਅਕਸਰ ਸੁਲਤਾਨ ਰਾਏ ਸਾਹਿਬ ਜਿਹੜੇ ਉਹਨਾਂ ਦੇ ਲਾਈਟ ਮੈਨ ਹੁੰਦੇ ਸਨ ਉਹਨਾਂ ਨੂੰ ਉਹ ਭੰਗ ਦੇ ਪਕੌੜੇ ਖਿਲਾ ਦਿੰਦੇ ਸਨ, ਔਰ ਮੈਨੂੰ ਇਹ ਮਨਾ ਕਰਦੇ ਸਨ ਕਿ ਮੁਮਤਾਜ਼ ਤੂੰ ਇਹ ਭੰਗ ਦੇ ਪਕੌੜੇ ਨਹੀਂ ਖਾਂਦੇ। ਮੈਂ ਭੰਗ ਦੇ ਪਕੌੜੇ ਨਹੀਂ ਖਾਂਦੀ ਸੀ, ਲੇਕਿਨ ਬਾਕੀ ਜਿਹੜਾ ਲਾਈਟ ਮੈਨ ਹੁੰਦੇ ਸਨ ਜਾਂ ਹੋਰ ਕੋਈ ਹੁੰਦੇ ਸਨ ਉਹਨੂੰ ਭੰਗ ਦੇ ਪਕੌੜੇ ਖਿਲਾ ਦਿੰਦੇ ਸਨ। ਜਦੋਂ ਉਹ ਟੁੰਨ ਹੋ ਕੇ ਬਹਿ ਜਾਂਦੇ ਸਨ ਤੇ ਫਿਰ ਮੈਨੂੰ ਕਹਿੰਦੇ ਸਨ ਮੁਮਤਾਜ਼ ਅੱਜ ਦੀ ਸ਼ੂਟਿੰਗ ਨਹੀਂ ਹੋ ਸਕਦੀ, ਤੂੰ ਜਾ ਕੇ ਆਰਾਮ ਕਰ ਲੈ। ਸੁਲਤਾਨ ਰਾਏ ਬਹੁਤ ਸ਼ਰਾਰਤੀ ਤਬੀਅਤ ਦੇ ਮਾਲਕ ਵੀ ਸਨ, ਜਿੱਥੇ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਸੁਲਤਾਨ ਰਾਏ ਇੱਕ ਸੰਜੀਦਾ ਬੁਰਦਬਾਰ ਨੇਕ 5 ਵਕਤ ਦੇ ਨਮਾਜ਼ੀ ਸਨ। ਉੱਥੇ ਮੁਮਤਾਜ਼ ਸਾਹਿਬਾ ਨੇ ਇਹ ਦੱਸਿਆ ਕਿ ਸੁਲਤਾਨ ਰਾਏ ਸਾਹਿਬ ਦੀ ਇੱਕ ਹਰਕਤ ਦੀ ਵਜ੍ਹਾ ਤੋਂ ਮੈਨੂੰ 2-3-4 ਦਿਨ ਹਸਪਤਾਲ ਰਹਿਣਾ ਪਿਆ। ਉਹ ਦੱਸਦੇ ਹਨ ਕਿ ਇੱਕ ਜਗ੍ਹਾ ਅਸੀਂ ਸ਼ੂਟਿੰਗ ਕਰ ਰਹੇ ਸਾਂ ਤੇ ਰਾਏ ਸਾਹਿਬ ਨੇ ਮੈਨੂੰ ਸਪੈਸ਼ਲ ਦੱਸਿਆ ਕਿ ਇਹ ਜਿਹੜੇ ਸਾਹਮਣੇ ਇੱਕ ਛੱਤਾ ਲੱਗਿਆ ਸੀ, ਸ਼ਹਿਦ ਦੀ ਮੱਖੀਆਂ ਨੇ ਛੱਤਾ ਲਗਾਇਆ ਸੀ, ਤੇ ਰਾਏ ਸਾਹਿਬ ਨੇ ਮੈਨੂੰ ਦੱਸਿਆ ਕਿ ਤੂੰ ਇਸ ਛੱਤੇ ਨੂੰ ਛੇੜਨਾ ਨਹੀਂ ਹੈ, ਤੂੰ ਛੱਤੇ ਨੂੰ ਛੇੜੇਗੀ ਤੇ ਇਹ ਜਿਹੜੀ ਮੱਖੀਆਂ ਤੁਹਾਨੂੰ ਡੰਗ ਮਾਰਨਗੀਆਂ, ਤੁਹਾਨੂੰ ਪਰੇਸ਼ਾਨ ਕਰਨਗੀਆਂ। ਖੈਰ ਅਸੀਂ ਇਸ ਚੀਜ਼ 'ਤੇ ਤਵੱਜੋ ਨਹੀਂ ਦਿੱਤੀ, ਅਸੀਂ ਉਸਨੇ ਛੱਤੇ ਨੂੰ ਛੇੜਿਆ ਨਹੀਂ, ਤੇ ਰਾਏ ਸਾਹਿਬ ਨੇ ਸ਼ਰਾਰਤ ਇਹ ਕੀਤੀ ਕਿ ਜਦੋਂ ਅਸੀਂ ਰਿਕਾਰਡਿੰਗ ਤੋਂ ਫਾਰਗ ਹੋਏ ਹਾਂ ਤੇ ਜਾਣ ਤੋਂ ਪਹਿਲਾਂ ਰਾਏ ਸਾਹਿਬ ਨੇ ਉਸ ਛੱਤੇ ਨੂੰ ਖੁਦ ਛੇੜ ਦਿੱਤਾ। ਰਾਏ ਸਾਹਿਬ ਤੇ ਚਲੇ ਗਏ, ਲੇਕਿਨ ਮੱਖੀਆਂ ਨੇ ਸਾਨੂੰ ਇੰਨੇ ਡੰਗ ਮਾਰੇ ਕਿ ਮੁਮਤਾਜ਼ ਸਾਹਿਬ ਇਹ ਕਹਿੰਦੀਆਂ ਕਿ ਮੈਂ 2-3 ਦਿਨ ਮੈਨੂੰ ਹਸਪਤਾਲ ਹੀ ਰਹਿਣਾ ਪਿਆ। ਨਾਜ਼ਰੀਨ, ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ, ਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।